ਵੈਲਕਮ ਬੈਕ ਟੂ ਨਿਊਜ਼ TV84 ਹੁਣ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵੀਰ ਜੀ ਜਿਸ ਤਰ੍ਹਾਂ ਮੂਲ ਨਾਨਕ ਸ਼ਾਹ ਕਲੰਡਰ 2003 ਮੁਤਾਬਕ ਪੰਜੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਉਤਸ਼ਾਹ ਦੇ ਨਾਲ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਮਨਾਇਆ ਗਿਆ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜਾਣਕਾਰੀ ਦਿਓ ਕਿ ਇਹ ਕਿਵੇਂ ਰਿਹਾ ਜੀ ਅੱਜ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਜੀ ਸਾਰੇ ਇਕੱਲੇ ਪਾਕਿਸਤਾਨ ਚ ਨਹੀਂ ਸਾਰੇ ਸੰਸਾਰ ਵਿਚ ਹਾਂਜੀ ਸਿੱਖ ਸੰਗਤਾਂ ਪੂਰੇ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਜੀ ਇਸੇ ਲੜੀ ਦੇ ਵਿਚ ਹਾਂਜੀ ਪਾਕਿਸਤਾਨ ਗੁਰਦੁਆਰਾ ਸਾਹਿਬ ਪਾਕਿਸਤਾਨ ਵਿਚ ਗੁਰਦੁਆਰਾ ਸਾਹਿਬ ਡੇਰਾ ਸਾਹਿਬ ਜਿੱਥੇ ਕਿ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਹਾਂਜੀ ਉੱਥੇ ਐਤਕੀ ਪਹਿਲੀ ਵਾਰੀ ਸੀ ਕਿ ਦੇਸ਼ ਵਿਦੇਸ਼ ਤੋਂ ਵੱਧ ਸੰਗਤਾਂ ਨੇ ਔਰ ਹਿੰਦੁਸਤਾਨ ਦੇ ਵਾਲੇ ਪਾਸਿਓਂ ਵੀ ਸਰਦਾਰ ਪਰਮਜੀਤ ਸਿੰਘ ਸਰਨਾ ਇੱਕ ਬੜਾ ਵੱਡਾ ਜਥਾ ਲੈ ਕੇ ਆਏ ਸੀ ਸਵਿਟਜ਼ਰਲੈਂਡ ਤੋਂ ਇੰਗਲੈਂਡ ਤੋਂ ਤੇ ਹੋਰ ਛੋਟੇ ਮੁਲਕਾਂ ਤੋਂ ਵੀ ਕਾਫੀ ਜਥੇ ਉੱਥੇ ਪਹੁੰਚੇ ਹੋਏ ਸੀ ਪਲੱਸ ਜਿਹੜੀ ਉੱਥੋਂ ਦੀ ਲੋਕਲ ਸੰਗਤ ਹੈ ਉਹਦੇ ਵਿਚ ਦੇਖੋ ਉਤਸ਼ਾਹ ਤਾਂ ਪਹਿਲਾਂ ਵੀ ਹੁੰਦਾ ਪਰ ਇਸ ਵਾਰ ਜਿਹੜਾ ਉਤਸ਼ਾਹ ਸੀ ਉਹ ਬਹੁਤ ਜ਼ਿਆਦਾ ਸੀ ਔਰ ਉਹਨਾਂ ਨੇ ਪਾਕਿਸਤਾਨ ਦੀ ਸਰਕਾਰ ਨੇ ਇਸ ਗੱਲ ਨੂੰ ਪੂਰਾ ਇਸ ਗੱਲ ਦਾ ਯਤਨ ਕੀਤਾ ਔਰ ਇਸ ਗੱਲ ਨੂੰ ਮੇਕ ਸ਼ੋਰ ਕੀਤਾ ਕਿ ਜਿਹੜਾ ਨਾਨਕ ਸ਼ਾਹੀ ਕੈਲੰਡਰ 2003 ਹੈ ਉਸਦੇ ਅਨੁਸਾਰ ਹੀ ਸਾਰੇ ਪੁਰਬ ਹੋਣ ਤੇ ਉਹਨਾਂ ਨੇ ਇੱਕ ਵਾਰੀ ਫਿਰ ਇਸ ਗੱਲ ਨੂੰ ਦੁਹਰਾਇਆ ਆਕਾਸ਼ ਬੋਰਡ ਨੇ ਵੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿ ਜਿੰਨੀ ਦੇਰ ਤੱਕ ਇਸ ਕੈਲੰਡਰ ਦੇ ਵਿਚ ਜਿਹੜੀ ਇਹਨਾਂ ਨੇ ਸੋਧ ਕੀਤੀ ਆ ਉਸ ਨੂੰ ਪ੍ਰੋਪਰਲੀ ਨਹੀਂ ਠੀਕ ਕੀਤਾ ਜਾਂਦਾ ਤਦ ਤੱਕ ਜਿਹੜੀ ਆ ਪਾਕਿਸਤਾਨ ਦੀ ਸਿੱਖ ਸੰਗਤ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਨਾਟਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਹੀ ਜਿਹੜੇ ਦਿਹਾੜੇ ਮਨਾਉਣਗੀਆਂ ਉਸੇ ਅਨੁਸਾਰ ਹੀ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਸੀਗਾ ਉਹ ਮਨਾਇਆ ਗਿਆ ਔਰ ਇੱਥੇ ਇੱਕ ਹੋਰ ਫੀਚਰ ਉਹਦੇ ਵਿੱਚ ਸੀਗਾ ਕਿ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਆ ਮੇਨ ਹਾਲ ਦੀ ਇੱਕ ਤਾਂ ਦੋ ਜਗ੍ਹਾ ਹੈਗੀਆਂ ਜੇ ਤੁਹਾਨੂੰ ਨਕਸ਼ੇ ਦਾ ਪਤਾ ਹੋਵੇ ਇੱਕ ਤਾਂ ਉਹ ਜਗ੍ਹਾ ਛੋਟੀ ਜਗ੍ਹਾ ਆ ਜਿੱਥੇ ਪਾਤਸ਼ਾਹ ਦੀ ਮਿੱਥਿਆ ਜਾਂਦਾ ਵੀ ਇੱਥੇ ਉਹ ਸ਼ਹੀਦ ਹੋਏ ਆ ਜਿਹੜਾ ਦੀਵਾਨ ਹਾਲ ਆ ਉਹਦੀ ਦੁਬਾਰਾ ਤੋਂ ਮੁੜ ਸਾਰੀ ਤੇ ਰੈਨੋਵੇਸ਼ਨ ਵਾਸਤੇ ਦਿੱਲੀ ਅਕਾਲੀ ਦਲ ਨੂੰ ਜਿਹਦੇ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਨੇ ਉਹ ਪਹਿਲਾਂ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਵਾਰੀ ਪ੍ਰਧਾਨ ਰਹਿ ਚੁੱਕੇ ਨੇ ਉਹਨਾਂ ਨੂੰ ਉਹ ਖਾਰ ਸੇਵਾ ਦਿੱਤੀ ਗਈ ਆ ਤੇ ਉਹਨਾਂ ਨੇ ਅੱਗਿਓਂ ਜਿਹੜਾ ਸਹਿਯੋਗ ਹੈ ਬਾਬਾ ਜਗਤਾਰ ਸਿੰਘ ਜਿਹੜੇ ਕਾਰ ਸੇਵਾ ਵਾਲੇ ਤਰਨ ਤਾਰਨ ਸਾਹਿਬ ਵਾਲੇ ਉਹਨਾਂ ਤੋਂ ਸਹਿਯੋਗ ਲੈ ਰਹੇ ਆ ਔਰ ਛੇਤੀ ਤੋਂ ਛੇਤੀ ਇੱਕ ਬੜਾ ਸੁੰਦਰ ਔਰ ਵਧੀਆ ਹਾਲ ਜਿਹੜਾ ਬਣ ਕੇ ਸੰਗਤਾਂ ਦੀ ਸੇਵਾ ਦੇ ਵਿੱਚ ਆਵੇਗਾ ਪਲੱਸ 200 ਕਮਰਿਆਂ ਦੀ ਸਰਾਂ ਵਾਸਤੇ ਉਸਾਰੀ ਦਾ ਪਾਕਿਸਤਾਨ ਦੀ ਸਰਕਾਰ ਨੇ ਪ੍ਰਬੰਧ ਕਰਕੇ ਦਿੱਤਾ ਨਵੀਂ ਉਸਾਰੀ ਦਾ ਤੇ ਨਾਲ ਲੱਗਦੀ 3 ਕਨਾਲ ਜ਼ਮੀਨ ਹੋਰ ਉਹ ਗੁਰਦੁਆਰਾ ਸਾਹਿਬ ਨੂੰ ਭਾਵੇਂ ਗੁਰਦੁਆਰਾ ਸਾਹਿਬ ਦੀ ਪ੍ਰੋਪਰਟੀ ਸੀ ਪਰ 1947 ਤੋਂ ਬਾਅਦ ਕਾਫੀ ਇੱਧਰ ਉੱਧਰ ਹੋਣ ਕਰਕੇ ਉਹ 3 ਕਨਾਲ ਜ਼ਮੀਨ ਜਿਹੜੀ ਹੋਰ ਆ ਉਹ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਏਗੀ ਤੇ ਜਿੱਥੇ ਅਸੀਂ ਆਪਣੇ ਵੱਲੋਂ ਪਾਕਿਸਤਾਨ ਦੀ ਸਰਕਾਰ ਦਾ ਵਕਫ ਬੋਰਡ ਦਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਾਂ ਨਾਲ ਦੀ ਨਾਲ ਹੀ ਅਸੀਂ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੇ ਕਿ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਸ ਤਨਦੇਹੀ ਨਾਲ ਜਿਸ ਸ਼ਿੱਦਤ ਦੇ ਨਾਲ ਜਿਸ ਸ਼ਰਧਾ ਪਿਆਰ ਦੇ ਨਾਲ ਉਹ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਦੇਖ ਰੇਖ ਕਰ ਰਹੇ ਅਸੀਂ ਉਹਨਾਂ ਦਾ ਵੀ ਆਪਣੇ ਤੌਰ ਤੇ ਧੰਨਵਾਦ ਕਰਦੇ ਹਾਂ ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਵੀਰ ਜੀ ਇਸ ਇਨਫੋਰਮੇਸ਼ਨ ਦੇ ਲਈ ਤੇ ਵੀਰ ਜੀ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਨਾਲ ਸਿੰਘਾਂ ਦੇ ਮਨਾਂ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਘਰ ਕਰ ਗਈ ਸੀ ਕਿ ਧਰਮ ਦੀ ਰੱਖਿਆ ਦੇ ਲਈ ਜ਼ੁਲਮ ਦੇ ਅੱਗੇ ਗੋਡੇ ਟੇਕਣ ਦੀ ਬਜਾਏ ਹਥਿਆਰਬੰਦ ਅਤੇ ਵੈਰੀ ਦੇ ਨਾਲ ਦੋ ਹੱਥ ਕਰਨਾ ਲਾਜ਼ਮੀ ਹੈ ਪਰ ਇਸੀ ਇਹਨਾਂ ਤਾਂ ਹੀ ਸਿੰਘਾਂ ਨੇ ਆਪਣੇ ਹੱਕ ਅਤੇ ਸੱਚ ਦੇ ਲਈ ਆਵਾਜ਼ ਬੁਲੰਦ ਕੀਤੀ ਪਰ ਜਿਸ ਤਰ੍ਹਾਂ June 84 ਸਾਡਾ ਘੱਲੂਘਾਰਾ ਕੀਤਾ ਗਿਆ ਇਸ ਸੱਚ ਦੇ ਹੱਕ ਦੀ ਆਵਾਜ਼ ਨੂੰ ਬੰਦ ਕਰਨ ਦੇ ਲਈ ਸੇਮ ਦਿਨ ਕੀਤਾ ਗਿਆ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦਾ ਉਸ ਦਿਨ ਸ਼ਹੀਦੀ ਦਿਹਾੜਾ ਸੀ 3 June ਨੂੰ ਤੇ ਇਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਰੇ ਸਿੰਘ ਮਾਰ ਦਿੱਤੇ ਗਏ ਸਾਰੇ ਤਖ਼ਤ ਢਾਹ ਦਿੱਤੇ ਗਏ ਸਾਡੇ ਗੁਰਦੁਆਰੇ ਢਾਹ ਦਿੱਤੇ ਗਏ ਅੱਜ 31 ਸਾਲ ਬਾਅਦ ਤੁਸੀਂ ਇਸ ਘੱਲੂਘਾਰੇ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਬੜਾ ਤੁਹਾਡਾ ਬਹੁਤ ਸੁੰਦਰ ਸਵਾਲ ਹੈ ਜੇ ਅਸੀਂ ਇਤਿਹਾਸ ਤੇ ਨਿਗਾਹ ਮਾਰੀਏ ਜੀ ਤੇ ਜਿਹੜੀ ਪੰਜਮ ਪਾਤਸ਼ਾਹ ਦੀ ਸ਼ਹੀਦੀ ਸੀ ਜਿਹੜੀ ਕਿ ਨਵੇਂ ਹੁਣ ਜਿਹੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਪਿਛਲੇ ਦਿਨਾਂ ਚ ਇੱਕ ਬੜੇ ਅੱਛੇ ਵਿਦਵਾਨ ਡਾਕਟਰ ਇਕਤਦਾਰ ਕਰਾਮਾ ਚੀਮਾ ਜਿੱਥੇ ਅਮਰੀਕਾ ਦੀ ਧਰਤੀ ਤੇ ਆਏ ਸੀ
ਉਹਨਾਂ ਨੇ ਇੱਕ ਦੋ ਲੈਟਰ ਜਿਹੜੇ ਮੁਜੱਦਦ ਅਲਫਸਾਨੀ ਜਿਹੜੇ ਸਰਹੰਦ ਵਾਲੇ ਸੀਗੇ ਉਹ 1000 ਸਾਲ ਚ ਮੁਸਲਮਾਨ ਗਿਣਦੇ ਆ ਕਿ ਏਡਾ ਵੱਡਾ ਵਿਦਵਾਨ ਪੈਦਾ ਹੁੰਦਾ। ਉਹਨਾਂ ਉਸ ਮੁਸਲਮਾਨ ਦੀ ਇੱਕ ਚਿੱਠੀ ਆ ਜਿਹੜੀ ਕਿ ਉਸ ਵੇਲੇ ਉਹਨੇ ਦਿੱਲੀ ਦੇ ਬਾਦਸ਼ਾਹ ਨੂੰ ਲਿਖੀ ਸੀ ਕਿ ਇਹ ਜਿਹੜਾ ਮਤਲਬ ਗੁਰੂ ਅਰਜਨ ਪਾਤਸ਼ਾਹ ਹੈਗੇ ਆ ਇਹਨਾਂ ਦਾ ਜਿਹੜਾ ਰੋਲ ਆ ਇਕੱਲਾ ਧਾਰਮਿਕ ਨੀ ਹੈਗਾ, ਇਹ ਸਿਆਸੀ ਰੋਲ ਦੇ ਵਿੱਚ ਵੀ ਵਿਚਰ ਰਹੇ ਆ ਔਰ ਇਹਨਾਂ ਨੂੰ ਜਿਹੜਾ ਤੁਸੀਂ ਸ਼ਹੀਦ ਕੀਤਾ ਇਹ ਇੱਕ ਬੜਾ ਚੰਗਾ ਉਪਰਾਲਾ ਸੀ, ਚੰਗਾ ਕਦਮ ਸੀ। ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਸਿੱਖਾਂ ਦੇ ਖਿਲਾਫ਼ ਜਾਂ ਖਾਲਸਾ ਪੰਥ ਦੇ ਖਿਲਾਫ਼ ਜਿਹੜੀ ਕਾਰਵਾਈ ਆ ਜਿਹੜੀ ਅੱਜ 1984 ਵਿੱਚ ਹੋਈ ਆ ਇਹ ਕੋਈ ਨਵੀਂ ਨਹੀਂ ਹੈ। ਇਹ ਪਿਛਲੇ ਸਮੇਂ ਤੋਂ ਹੀ ਜਦੋਂ ਤੋਂ ਖਾਲਸਾ ਪੰਥ ਦਾ ਮੁੱਢ ਵੱਜਿਆ ਤਦ ਤੋਂ ਹੀ ਜਿਹੜੇ ਪੰਥ ਦੇ ਵਿਰੋਧੀ ਲੋਕ ਆ ਉਹ ਸਾਜ਼ਿਸ਼ਾਂ ਕਰਦੇ ਰਹੇ ਆ ਔਰ ਇਸੇ ਕੜੀ ਦੇ ਵਿੱਚ ਹੀ ਜਿਹੜੀ 1984 ਦਾ ਘੱਲੂਘਾਰਾ ਹੋਇਆ ਉਹ ਵੀ ਇਸੇ ਕੜੀ ਦਾ ਹੀ ਇੱਕ ਨਤੀਜਾ ਸੀ ਕਿਉਂਕਿ ਜਿਹੜੀਆਂ ਵੇਲੇ ਦੀਆਂ ਤਾਕਤਾਂ ਜਾਂ ਵੇਲੇ ਦੀ ਜਿਹੜੀ ਸਰਕਾਰਾਂ ਆ ਉਹ ਕਦੀ ਵੀ ਆਪਣੇ ਆਪ ਨੂੰ ਖਤਰਾ ਮਹਿਸੂਸ ਨਹੀਂ ਹੋਣ ਦਿੰਦੀਆਂ। ਖਤਰਾ ਜੇ ਮਹਿਸੂਸ ਹੁੰਦਾ ਹੋਵੇ ਤੇ ਉਸ ਨੂੰ ਭਾਂਪ ਕੇ ਉਸਦਾ ਤੋੜ ਕਰਨ ਦਾ ਯਤਨ ਕਰਦੀਆਂ। ਇਹੀ ਕਾਰਨ ਸੀ ਕਿ ਪੰਜਵੇਂ ਪਾਤਸ਼ਾਹ ਦੀ ਉਦੋਂ ਸ਼ਹੀਦੀ ਹੋਈ, ਇਹੀ ਕਾਰਨ ਸੀ ਕਿ ਜਿਹੜਾ 1984 ਦਾ ਜਿਹੜਾ ਘੱਲੂਘਾਰਾ ਹੋਇਆ। ਇਹ ਲਗਭਗ ਮਿਲਦੀਆਂ ਜੁਲਦੀਆਂ ਘਟਨਾਵਾਂ ਨੇ ਪਰ ਖਾਲਸਾ ਪੰਥ ਨੇ ਹਮੇਸ਼ਾ ਹੀ ਜੇ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਆ ਤੇ ਉਸਦਾ ਜਵਾਬ ਛੇਵੇਂ ਪਾਤਸ਼ਾਹ ਨੇ ਸ਼ਸਤਰ ਧਾਰਨ ਕਰਕੇ ਇੱਕ ਨਵਾਂ ਕੰਸੈਪਟ ਮੇਰੀ ਪੀਰੀ ਦਾ ਦੇ ਕੇ ਗੱਲ ਸ਼ੁਰੂ ਕੀਤੀ ਤੇ ਜੇ 1984 ਦੇ ਵਿੱਚ ਪੰਥ ਦੇ ਉੱਪਰ ਇੱਕ ਏਡਾ ਵੱਡਾ ਕੈਰਟ ਆਇਆ ਤੇ ਉਸਦਾ ਵੀ ਖਾਲਸਾ ਪੰਥ ਨੇ 1986 ਦੇ ਵਿੱਚ ਸਰਬੱਤ ਖਾਲਸਾ ਕਰਕੇ ਖਾਲਿਸਤਾਨ ਦਾ ਐਲਾਨ ਕਰਕੇ ਇੱਕ ਚੈਲੰਜ ਨੂੰ ਕਬੂਲ ਕਰਦੇ ਹੋਏ ਇੱਕ ਫਿਰ ਨਵੀਂ ਸੇਧ ਦਿੱਤੀ ਕਿ ਠੀਕ ਹੈ ਤੁਸੀਂ ਜਿਹੜਾ ਆਪਣਾ ਜਿਹੜੀ ਕਾਰਵਾਈ ਕੀਤੀ ਆ ਸਾਨੂੰ ਸਿਰ ਮੱਥੇ ਤੇ ਅਸੀਂ ਇਹ ਚੈਲੰਜ ਕਬੂਲ ਕਰਦੇ ਹਾਂ ਪਰ ਇਸ ਚੈਲੰਜ ਦੇ ਵਿੱਚੋਂ ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਵਿੱਚੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਤੇ ਇੱਕ ਨਵੀਂ ਦਿੱਖ ਹੋਈ ਸੀ ਇਸੇ ਤਰ੍ਹਾਂ 1984 ਦੇ ਘੱਲੂਘਾਰੇ ਤੋਂ ਬਾਅਦ ਖਾਲਸਾ ਪੰਥ ਨੇ ਸਰਬੱਤ ਖਾਲਸਾ ਕਰਕੇ ਖਾਲਸਾ ਪੰਥ ਨੂੰ ਬੇਨਤੀ ਦੇ ਰੂਪ ਵਿੱਚ ਨਵੀਂ ਸੇਧ ਦਿੱਤੀ ਕਿ ਜਿੰਨੀ ਦੇਰ ਤੱਕ ਤੁਹਾਡਾ ਆਪਣਾ ਜਿਹੜਾ ਰਾਜਸੀ ਨਿਸ਼ਾਨਾ ਪੂਰਾ ਨਹੀਂ ਹੁੰਦਾ ਤਦ ਤੱਕ ਜਿਹੜੇ ਤੁਹਾਡੇ ਤੇ ਇਹੋ ਜਿਹੇ ਘੱਲੂਘਾਰੇ ਹੁੰਦੇ ਰਹਿਣਗੇ। ਜੀ ਬਿਲਕੁਲ ਬਿਲਕੁਲ ਵੀਜੀ ਜੀ, ਥੈਂਕ ਯੂ ਸੋ ਮਚ ਕਿਉਂਕਿ ਸਾਡਾ ਬਹੁਤ ਸਮਾਂ ਲਿਮਿਟਿਡ ਸੀਗਾ ਅੱਜ, ਸੋ ਅੱਜ ਤੁਹਾਨੂੰ ਇੱਥੇ ਜਾਤ ਲੈਣੀ। ਥੈਂਕ ਯੂ ਕਿ ਤੁਸੀਂ ਇਹਨਾਂ ਸ਼ਹੀਦੀ ਦਿਹਾੜੇ ਦੇ ਸੰਬੰਧੀ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਅਸੀਂ ਜਾਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਵੀ ਜਾਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।